4 April 2016 ਨੂੰ ਸ਼੍ਰੀ ਪੈਣੀ ਸਾਹਿਬ ਵਿੱਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਬੰਦਿਆਂ ਦੇ ਵੱਲੋਂ ਮਾਤਾ ਚੰਦ ਕੌਰ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਕਾਤਲ ਕਿੱਥੋਂ ਆਏ ਤੇ ਕਿੱਥੇ ਗਏ ਅਜੇ ਤੱਕ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਦੇ ਚਲਦਿਆਂ ਗੁਰਦਾਸਪੁਰ ਵਿੱਚ ਨਾਮਤਾਰੀ ਸੰਪਰਤਾ ਦੇ ਵੱਲੋਂ ਰੂਸ ਮਾਰਚ ਕਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭਾਰਤ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਰਾਸਨੀਤਿਕ ਸਹ ਹੈ ਜਿਸ ਕਾਰਨ ਉਹ ਅਜੇ ਤੱਕ ਪੈਣੀ ਸਾਹਿਬ ਦੇ ਵਿੱਚ ਆਜ਼ਾਦ ਘੁੰਮ ਰਹੇ ਨੇ। ਅੱਜ ਦਾ ਸਾਡਾ ਜਿਹੜਾ ਪ੍ਰੋਟੈਸਟ ਹੈ ਅਸੀਂ ਪੰਜਾਬ ਦੇ ਵਿੱਚ 5 ਜਗ੍ਹਾ ਇਹ ਪ੍ਰੋਗਰਾਮ ਕਰ ਰਹੇ ਹਾਂ। ਸਾਰੇ ਥਾਵਾਂ 'ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਆ। ਇੱਥੇ ਗੁਰਦਾਸਪੁਰ ਦੇ ਵਿੱਚ, ਕਪੂਰਥਲੇ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ, ਅੰਮ੍ਰਿਤਸਰ ਤੇ ਤਰਨਤਾਰਨ। 5 ਜਗ੍ਹਾ ਸਾਡਾ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਹੈ ਕਿਉਂਕਿ 4 ਸਾਲ ਹੋ ਗਏ 4 ਅਪ੍ਰੈਲ 2016 ਨੂੰ ਮਾਤਾ ਚੰਦਕੌਰ ਜੀ ਦਾ ਸ੍ਰੀ ਪੈਣੀ ਸਾਹਿਬ ਵਿੱਚ ਕਤਲ ਹੋਇਆ। ਲੇਕਿਨ ਉਥੋਂ ਦੇ ਪ੍ਰਬੰਧਕ ਜਿਨ੍ਹਾਂ ਨੇ ਬੜੇ ਨਾਟਕੀ ਢੰਗ ਨਾਲ ਉਸ ਕਤਲ ਨੂੰ ਇਸ ਤਰ੍ਹਾਂ ਪੇਸ਼ ਕੀਤਾ ਵੀ ਬਾਹਰੋਂ 50ਆਂ ਲੱਗੀਆਂ ਵਾਲੇ ਪੈਂਟਾਂ ਵਾਲੇ ਕਾਤਲ ਆਏ ਉਹਨਾਂ ਨੇ ਕਤਲ ਕਰ ਦਿੱਤਾ। ਪਰ ਸਵਾਲ ਇੱਥੇ ਖੜਾ ਹੁੰਦਾ ਹੈ ਵੀ ਜਿੱਥੇ ਇਹੋ ਜੀ ਸਿਕਿਉਰਿਟੀ ਲੱਗੀ ਹੋਈ ਹੈ ਉਥੇ ਕੋਈ ਵੀ ਬਿਨਾਂ ਕਿਸੇ ਪੁਛਦਾਸ ਦੇ ਬਿਨਾਂ ਉਹਦੀ ਤਲਾਸ਼ੀ ਲਈ ਤਾਂ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਪਰ ਉਥੇ ਕਤਲ ਹੋਇਆ ਕਤਲ ਹੋਣ ਦਾ ਕਾਰਨ ਸਿਰਫ ਇੱਕੋ ਹੀ ਹੈ ਜਿਹੜਾ ਮੈਂ ਤੁਹਾਡੇ ਧਿਆਨ ਗੋਚਰੇ ਲਿਆਉਣਾ ਚਾਹਣਾ ਕਿਉਂਕਿ ਤੁਸੀਂ ਜਿਹੜੇ ਇਸ ਤਰ੍ਹਾਂ ਦਾ ਸਵਾਲ ਕੀਤਾ ਉਹਨੂੰ ਉਸੇ ਤਰ੍ਹਾਂ ਪੇਸ਼ ਮੈਨੂੰ ਕਰਨਾ ਪੈਣਾ ਹੈ ਉਥੇ ਹੈਗੀ ਦੋ ਧੜਿਆਂ ਦੇ ਵਿੱਚ ਲੜਾਈ ਇੱਕ ਆਰਾਮਗੜੀਆ ਗਰੁੱਪ ਇੱਕ ਹੈ ਜੱਟ ਗਰੁੱਪ ਉਨ੍ਹਾਂ ਦੇ ਵਿੱਚ ਆਪਸੀ ਲੜਾਈ ਹੈ ਜੱਟ ਗਰੁੱਪ ਜਿਹੜਾ ਹੈ ਉਹ ਮਾਤਾ ਚੰਦਕੌਰ ਜੀ ਦੇ ਜਵਾਈ ਨੇ ਮਾਤਾ ਚੰਦਕੌਰ ਜੀ ਉਸ ਗਰੁੱਪ ਆਪਣੇ ਦੋਤੇ ਨੂੰ ਗੱਡੀ ਤੇ ਬਿਠਾਉਣਾ ਚਾਹੁੰਦੇ ਸੀ ਪਰ ਤਾਕਤ ਦੇ ਜੋਰ ਨਾਲ ਰਾਮਗੜੀਆ ਗਰੁੱਪ ਜਿਹੜਾ ਉੱਥੇ ਕਾਬਜ਼ ਹੋ ਗਿਆ ਹੈ ਰਾਮਗੜੀਆ ਗਰੁੱਪ ਨੇ ਜਿੰਨਾ ਚਿਰ ਮਾਤਾ ਜੀ ਜਿਉਂਦੇ ਰਹਿੰਦੇ ਉਹਨਾਂ ਨੇ ਹਰ ਹਿਲਾ ਵਰਤਣਾ ਸੀ ਆਪਣੇ ਦੋਤੇ ਨੂੰ ਗੱਡੀ ਤੇ ਬਹੌਣ ਦਾ ਸਰਕਾਰ ਪ੍ਰਸ਼ਾਸਨ ਕੰਮ ਤਾਂ ਬਹੁਤ ਕਰ ਰਹੀ ਆ ਪਰ ਪਤਾ ਨਹੀਂ ਕਿਸੇ ਸਿੱਟੇ ਤੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ ਹੋ ਇਸ ਕਰਕੇ ਅਸੀਂ ਆਪਣੇ ਨਾਰੀ ਜਾਤੀ ਵੱਲੋਂ ਵੀ ਇਹਹੀ ਪੁਕਾਰ ਕਰਦੇ ਆ ਕਿ ਮਾਤਾ ਜੀ ਦਾ ਕਾਤਲਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਪੈਣੀ ਸਾਹਿਬ ਵਾਲਿਆਂ ਦੀ ਇਹ ਸ਼ਾਇਦ ਤਾਂ ਲੱਗਦੀ ਆ ਕਿਉਂਕਿ ਉੱਥੇ ਪੈਣੀ ਸਾਹਿਬ ਵੀ ਵਿੱਚ ਹੀ ਕਤਲ ਹੋਇਆ ਹੈ ਉਹਨਾਂ ਦਾ ਇਸ ਕਰਕੇ ਸਾਨੂੰ ਤਾਂ ਇਹੋ ਹੀ ਲੱਗਦਾ ਹੈ ਕਿ ਪੈਣੀ ਸਾਹਿਬ ਦੇ ਕਾਤਿਲ ਵੀ ਮਾਤਾ ਜੀ ਦੇ ਕਾਤਿਲ ਪੈਣੀ ਸਾਹਿਬ ਦੇ ਵਿੱਚ ਹੀ ਹਨ ਇਸ ਲਈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਗੁਰਦਾਸਪੁਰ ਤੂ ਦਸਟ੍ਰਿਕਟ ਨਿਊਜ਼ ਦੇ ਲਈ ਇਕਵਾਲ ਵਾਲੀਆ ਦੀ ਰਿਪੋਰਟ